ਇੱਕ ਬਜ਼ੁਰਗ ਆਦਮੀ ਹੈ ਜਿਹਦੇ ਨਾਲ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਅਤੇ ਬਾਅਦ 'ਚੋਂ ਪਗਾਏ ਨਹੀਂ, ਜੇ ਉਹਨੇ ਅਕਾਲੀ ਦਲ ਦੀ ਬਾਂਹ ਫੜੀ ਤਾਂ ਉਸ ਦਿਨ ਤੋਂ ਹੀ ਇਹਨਾਂ ਦੇ ਮਨ ਦੇ ਵਿੱਚ ਰੰਜਿਸ਼ ਸੀਗੀ, ਇੱਥੇ ਲੋਕਲ ਲੀਡਰਾਂ ਦੇ ਮਨ ਦੇ ਵਿੱਚ ਜਿਹੜੇ ਵਾਰ ਵਾਰ ਲੋਕਾਂ ਦੇ ਰਾਹੀਂ ਵੀ ਇਹਨਾਂ ਨੂੰ ਸੁਨੇਹਾ ਭਜਵਾਉਂਦੇ ਸੀਗੇ ਕਿ ਅਸੀਂ ਛੱਡਣਾ ਨਹੀਂ ਗਾ। ਕੱਲ੍ਹ ਇਹ ਬਹੁਤ ਵੱਡਾ ਹਾਦਸਾ ਹੋਇਆ ਹੈ, ਇਹਦੇ ਵਿੱਚ ਇਹਨਾਂ ਦਾ ਨੁਕਸਾਨ ਵੀ ਹੋ ਸਕਦਾ ਸੀਗਾ। ਉਹ ਨੌਜਵਾਨ ਸੀਗੇ, ਇਹਨਾਂ ਦੀ ਮਾਰ ਕੁਟਾਈ ਕੀਤੀ ਜਦੋਂ ਕਿ ਇਹ ਬਿਜਲੀ ਦਾ ਬਿੱਲ ਆਪਣਾ ਭਰ ਕੇ ਆ ਰਹੇ ਸੀਗੇ। ਅਤੇ ਸਿਰਫ ਮੈਂ ਇਹੀ ਕਹਾਂਗਾ ਕਿ ਇਹਦੇ ਪਿੱਛੇ ਇੱਕੋ ਹੀ ਗੱਲ ਦੀ ਰੰਜਿਸ਼ ਸੀਗੀ ਕਿ ਇਹਨਾਂ ਨੇ ਅਕਾਲੀ ਦਲ ਦਾ ਸਾਥ ਦਿੱਤਾ, ਇਹਨਾਂ ਨੂੰ ਜਲੀਲ ਕੀਤਾ ਪੁਲਿਸ ਨੇ, ਥਾਣੇ ਖੜ ਕੇ 10 ਵਜੇ ਤੋਂ ਬਿਠਾ ਕੇ ਸ਼ਾਮੀ 4 ਵਜੇ ਇਹਨਾਂ ਨੂੰ ਛੱਡਿਆ, ਪੂਰਾ ਦਿਨ ਥਾਣੇ ਰੱਖਿਆ ਹੈ। ਇੱਕ ਪਾਸੇ ਇਹਨਾਂ ਦੀ ਕੁਟਾਈ ਕੀਤੀ, ਦੂਜੇ ਪਾਸੇ ਇਹਨਾਂ ਨੂੰ ਥਾਣੇ ਦੇ ਵਿੱਚ ਜਲੀਲ ਕਰਕੇ ਰੱਖਿਆ। ਮੈਂ ਇਹੀ ਮੰਗ ਕਰਦਾ ਹਾਂ, ਸਾਡੀ ਪਾਰਟੀ ਇਹ ਮੰਗ ਕਰਦੀ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਹੋਵੇ, ਜਿਹੜੇ ਜਿਨ੍ਹਾਂ ਨੇ ਸਰਦਾਰ ਬੁੱਧ ਸਿੰਘ ਹੋਣਾ ਦੇ ਨਾਲ ਧੱਕਾ ਕੀਤਾ, ਉਹਨਾਂ ਨਾਲ ਝਗੜਾ ਕੀਤਾ ਹੈ। ਇੱਥੇ ਜਿਹੜੇ ਬੁੱਧ ਸਿੰਘ ਹੋਣੀ ਆ, ਇਹਨਾਂ ਦੀ ਬੇਅਦਬੀ ਕੀਤੀ ਗਈ, ਇਹਨਾਂ ਦੇ ਕਕਾਰਾਂ ਦੀ, ਇਹਨਾਂ ਦੀ ਪੱਗ ਉਤਾਰੀ ਗਈ, ਇਹਨਾਂ ਦੇ ਵਾਲਾਂ ਤੋਂ ਫੜ ਕੇ ਇਹਨਾਂ ਨੂੰ ਬਾਜ਼ਾਰ ਦੇ ਵਿੱਚ ਇਹਨਾਂ ਨੇ ਘੀਸਿਆ ਗਿਆ। ਇਹ ਬਹੁਤ ਮਾੜੀ ਗੱਲ ਹੈ ਕਿ ਪੁਲਿਸ ਸੁੱਤੀ ਪਈ ਹੈ ਅਤੇ ਕੋਈ ਕਾਰਵਾਈ ਨਹੀਂ ਕਰ ਰਹੀ। ਮੈਂ ਮੀਡੀਆ ਦੇ ਰਾਹੀਂ ਇਹੀ ਮੰਗ ਕਰਦਾ ਹਾਂ ਕਿ ਪੰਜਾਬ ਦੇ ਲੋਕ ਇਹਦੇ ਖਿਲਾਫ ਜਾਗਣ, ਪੰਜਾਬ ਦੇ ਲੋਕ ਦੇਖਣ ਕਿ ਕਿਸ ਤਰੀਕੇ ਨਾਲ ਇਹ ਕਾਂਗਰਸ ਦੀ ਗੁੰਡਾਗਰਦੀ ਵੱਧ ਰਹੀ ਹੈ ਅਤੇ ਸਰਦਾਰ ਬੁੱਧ ਸਿੰਘ ਨੂੰ ਇਨਸਾਫ ਦਵਾਇਆ ਜਾਵੇ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।